ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। 4 ਮਈ ਨੂੰ ਅੜੀ ਅੱਜ ਫਲੋਰ ਹਲਕੇ ਦੇ ਵਿੱਚ ਜਿਹੜੀ ਪੁਰਾਣੀ ਅਨਾਜ ਮੰਡੀ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ, ਕਿਉਂਕਿ 10 ਮਈ ਨੂੰ ਜਿਹੜੀ ਜਿਮਨੀ ਚੋਣ ਲੋਕ ਸਭਾ ਦੀ ਹੋਣ ਜਾ ਰਹੀ ਹੈ, ਉਸਦੇ ਸੰਬੰਧ ਦੇ ਵਿੱਚ ਜਿਹੜਾ ਉਮੀਦਵਾਰ ਹੈਗੇ ਬੀਜੇਪੀ ਦੇ ਇੰਦਰ ਸਿੰਘ ਅਟਵਾਲ ਦੇ ਹੱਕ ਇੱਕ ਵਿਸ਼ੇਸ਼ ਰੈਲੀ ਹੋਣ ਜਾ ਰਹੀ ਹੈ, ਜਿਹਦੇ ਵਿੱਚ ਤਮਾਮ ਜਿਹੜੀ ਸਮੂਹ ਲੀਡਰਸ਼ਿਪ ਦੇ ਨਾਲ ਬੀਜੇਪੀ ਦੇ ਕਾਰਜਕਰਤਾ ਇੱਥੇ ਮੌਜੂਦ ਰਹਿਣਗੇ। ਤਸਵੀਰ ਤੁਸੀਂ ਦੇਖ ਸਕਦੇ ਹੋ ਫਲੋਰ ਹਲਕੇ ਦੇ ਅਪਰਾ ਕਸਬੇ ਦੀ, ਜਿੱਥੇ ਇੱਥੇ ਮੰਡਲ ਦੇ ਜਿਹੜੇ ਪ੍ਰਧਾਨ ਹੈਗੇ ਆ ਅਭਿਸ਼ੇਕ ਸਿੰਘ ਦੇ ਨਾਲ ਜਿਹੜੇ ਤਮਾਮ ਬੀਜੇਪੀ ਦੇ ਕਾਰਜਕਰਤਾ ਇੱਥੇ ਮੌਜੂਦ ਹੈ। ਕੁਛ ਹੀ ਦੇਰ ਵਿੱਚ ਇੱਕ ਬੱਸਾਂ ਦੇ ਅਤੇ ਮੋਟਰਸਾਈਕਲ ਦੇ ਕਾਫਲੇ ਨਾਲ ਬੀਜੇਪੀ ਦੇ ਕਾਰਜਕਰਤਾ ਫਲੋਰ ਦੇ ਪੁਰਾਣੀ ਅਨਾਜ ਮੰਡੀ ਵਿੱਚ ਉਸ ਵਿਸ਼ਾਲ ਰੈਲੀ ਵਿੱਚ ਸ਼ਿਰਕਤ ਕਰਨਗੇ, ਜਿੱਥੇ 10 ਮਈ ਨੂੰ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ, ਅਤੇ ਉਸ ਵਿੱਚ ਆਪਣੇ ਜਿਹੜੇ ਬੀਜੇਪੀ ਦੇ ਉਮੀਦਵਾਰ ਹੈ ਇੰਦਰ ਸਿੰਘ ਅਟਵਾਲ ਨੂੰ ਜਿਤਾਉਣ ਲਈ ਇੱਕ ਵਿਸ਼ਾਲ ਰੈਲੀ ਜਿਹੜਾ ਸਮੂਹ ਦੇ ਵਿੱਚ ਉੱਥੇ ਹੁੰਗਾਰਾ ਭਰੇਗੀ। ਸੋ ਮੇਰੇ ਨਾਲ ਮੌਜੂਦ ਹੈ ਅਭਿਸ਼ੇਕ ਸਿੰਘ, ਗੱਲਬਾਤ ਕਰਦੇ ਕਿਸਾਂ ਤਾਂ ਕਿੱਸਾ ਲੱਗ ਰਿਹਾ ਵੀ ਬੜੀ ਭਾਰੀ ਰੈਲੀ ਹੋਣ ਜਾ ਰਹੀ ਹੈ ਔਰ ਬੀਜੇਪੀ ਦੇ ਕਾਰਜਕਰਤਾ ਦਾ ਬੜਾ ਜੋਸ਼ ਹੈ, ਕਿਉਂਕਿ ਸਿਰਫ 5 ਦਿਨ ਬਾਕੀ ਰਹਿ ਗਏ ਪ੍ਰਚਾਰ ਵਾਸਤੇ। ਸਾਨੂੰ ਪੂਰੀ ਉਮੀਦ ਹੈ ਅਤੇ ਪੂਰੀ ਆਸ ਹੈ ਕਿ ਅਸੀਂ ਜ਼ਰੂਰ ਜਿੱਤਾਂਗੇ, ਕਿਉਂਕਿ ਜਿਸ ਹਿਸਾਬ ਨਾਲ ਸਾਡੇ ਵਰਕਰ ਸਾਡੇ ਲੀਡਰ ਸਾਹਿਬਾਨ ਮਿਹਨਤ ਕਰ ਰਹੇ ਆ, ਘਰ ਘਰ ਜਾ ਰਹੇ ਆ, ਅਤੇ ਜਿਸ ਹਿਸਾਬ ਨਾਲ ਸਾਡੇ ਕੰਪੇਨਿੰਗ ਚੱਲ ਰਹੀ ਆ ਡੋਰ ਟੂ ਡੋਰ ਜਾ ਕੇ, ਅਤੇ ਲੋਕਾਂ ਵਿੱਚ ਸਾਨੂੰ ਵਧੀਆ ਰਿਸਪੋਂਸ ਵੀ ਮਿਲ ਰਿਹਾ ਆ, ਲੋਕ ਸਾਡੇ ਨਾਲ ਜੁੜਨਾ ਚਾਹ ਰਹੇ ਆ, ਪਿੰਡਾਂ ਦੇ ਵਿੱਚ ਵੀ ਸਾਨੂੰ ਅੱਛਾ ਰਿਸਪੋਂਸ ਮਿਲ ਰਿਹਾ, ਪਹਿਲਾਂ ਵਾਲਾ ਮਤਲਬ ਪਹਿਲਾਂ ਵਾਲੀ ਗੱਲ ਹੈ ਨਹੀਂ, ਅਤੇ ਇਸ ਕਰਕੇ ਸਾਨੂੰ ਇਹੀ ਲੱਗਦਾ ਵੀ ਅਸੀਂ ਜ਼ਰੂਰ ਜਿੱਤਾਂਗੇ। ਲੱਗ ਰਿਹਾ ਵੀ ਪਹਿਲਾਂ ਐਕਟੀਵਿਟੀ ਆ ਰਹੀ ਹੈ ਵੀ, ਤਾਂ ਮਤਲਬ ਸਾਨੂੰ ਤੁਹਾਨੂੰ ਲੱਗ ਰਿਹਾ ਵੀ ਜਿਹੜੇ ਕਸਬਿਆਂ ਜਿਹੜੇ ਮਜ਼ਦੂਰ ਆ ਜਾਂ ਫਾਰਮਰ ਕਿਸਾਨ ਹੈਗੇ ਉਹ ਲਗਾਤਾਰ ਬੀਜੇਪੀ ਦਾ ਦਾਮਨ ਫੜਦੇ ਪਏ, ਕਿਉਂਕਿ ਜਿਹੜੀ ਮੋਦੀ ਸਰਕਾਰ ਹੈ ਉਹ ਕਿਸਾਨ ਹਿਤੈਸ਼ੀ ਆ, ਉਹਨਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਾਸਤੇ ਬੜਾ ਕੁਛ ਕਰਨ ਨੂੰ ਤਿਆਰ ਬੈਠੇ। ਨਹੀਂ ਨਹੀਂ ਕਈ ਕਿਸਾਨ ਅਤੇ ਮਜ਼ਦੂਰ ਜਿੰਨੇ ਵੀ ਆ ਸਾਡੀ ਨੀਤੀਆਂ ਤੋਂ, ਮੋਦੀ ਸਾਹਿਬ ਦੀ ਨੀਤੀਆਂ ਤੋਂ ਬਹੁਤ ਹੀ ਖੁਸ਼ ਹੋ ਕੇ ਸਾਡੀ ਪਾਰਟੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਉੱਚ ਆ ਰਹੇ ਆ, ਅਤੇ ਉਹ ਅੱਗੇ ਵੀ ਹੁਣ ਬਹੁਤ ਸਾਡਾ ਪਰਿਵਾਰ ਜਿਹੜਾ ਆ ਵੱਧ ਫੁੱਲ ਰਿਹਾ, ਅੱਗੇ ਨਾਲੋਂ ਕਾਫੀ ਸਾਡੇ ਵਿੱਚ ਗਰੋਹ ਹੋਈ ਆ, ਅਤੇ ਪਾਰਟੀ ਵਿੱਚ ਮੈਂਬਰਸ਼ਿਪ ਵਿੱਚ ਵੀ ਅਤੇ ਲੀਡਰਸ਼ਿਪ ਵੀ ਕਾਫੀ ਗਰੋ ਹੋਈ ਆ, ਅਤੇ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਅਸੀਂ ਪਾਰਟੀ ਜ਼ਰੂਰ ਜਿੱਤਾਂਗੇ। ਠੀਕ ਹੈ ਸਰ, ਸਿੰਘ ਸਾਹਿਬ ਵੀ ਇੱਕ ਵਿਸ਼ਾਲ ਰੈਲੀ ਹੈ, ਕੈਪਟਨ ਅਮਰਿੰਦਰ ਸਿੰਘ ਖੁਦ ਇਹਨੂੰ ਸੰਬੋਧਨ ਕਰਨਗੇ ਔਰ ਤਮਾਮ ਜਿਹੜੀ ਸਮੂਹ ਲੀਡਰਸ਼ਿਪ ਵੀ ਮੌਜੂਦ ਰਹੇਗੀ ਔਰ ਭਾਰੀ ਇਕੱਠ ਕਰਕੇ ਜਿਹੜੇ ਨੌਜਵਾਨ ਵੀ ਆ ਇਸ ਕਾਫਲੇ ਨਾਲ ਉੱਥੇ ਪਹੁੰਚ ਗਏ। ਕਿਸ ਤਰ੍ਹਾਂ ਹੁੰਗਾਰਾ ਲੱਗ ਰਿਹਾ ਬੀਜੇਪੀ ਦਾ ਲੋਕਾਂ 'ਚ? ਅੱਜ ਬੀਜੇਪੀ ਦੇ ਹੱਕ 'ਚ ਬਹੁਤ ਵੱਡਾ ਹੁੰਗਾਰਾ, ਲੋਕ ਜੁੜਦੇ ਜਾ ਰਹੇ ਆ। ਅੱਜ ਜਲੰਧਰ ਦੀ ਜਿਹੜੀ ਜਿਮਨੀ ਚੋਣ ਆ ਉਹਦੇ 'ਚ ਸਭ ਤੋਂ ਵੱਧ ਬੀਜੇਪੀ ਦਾ ਹੁੰਗਾਰਾ ਜਿਹੜਾ ਹੈਗਾ ਜਿੱਤਣ ਦੇ ਕਗਾਰ 'ਚ ਹੈ। ਕਾਂਗਰਸ ਅਤੇ ਦੂਜੀਆਂ ਪਾਰਟੀਆਂ ਦਾ ਤਾਂ ਬਹੁਤ ਬੁਰਾ ਹਾਲ ਹੈ ਇੱਥੇ। ਕਿੱਸਾ ਲੱਗ ਰਿਹਾ ਵੀ ਸਿਰਫ 5 ਦਿਨ ਬਾਕੀ ਹੈ, ਪੂਰੀ ਸਟਾਰ ਪ੍ਰਚਾਰਕ ਜਿਹੜੀ ਬੀਜੇਪੀ ਦੀ ਹੈ ਉਹ ਤਮਾਮ ਜਿਹੜੀ ਲੀਡਰਸ਼ਿਪ ਹੈ, ਖੁਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਜੀ ਇਸ ਨਾਲ, ਹਰਦੀਪ ਸਿੰਘ ਪੁਰੀ ਵੀ ਲਗਾਤਾਰ 4-5 ਦਿਨ ਤੋਂ ਲਗਾਤਾਰ ਮੋਰਚਾ ਸੰਭਾਲੇ, ਇਹਨਾਂ ਨਾਲ ਸਮਿਤੀ ਇਰਾਨੀ ਵੀ ਜਲੰਧਰ ਵਿੱਚ ਮੌਜੂਦ ਹੈ, ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰਦੇ। ਲੱਗ ਰਿਹਾ ਵੀ ਸਟਾਰ ਪ੍ਰਚਾਰਕ ਨਾਲ ਜਿਹੜਾ ਬੜਾ ਅਸਰ ਹੋਊਗਾ ਲੋਕ ਜਿਮਨੀ ਚੋਣਾਂ ਵਾਸਤੇ। ਡੇ ਟੂ ਡੇ ਜਿਹੜੀ ਸਾਡੀ ਕੰਪੇਨ ਆ ਭਾਰਤੀ ਜਨਤਾ ਪਾਰਟੀ ਦੀ ਉੱਪਰ ਜਾ ਰਹੀ ਆ। ਜਿਹੜਾ ਪਹਿਲਾਂ ਭਗਵੰਤ ਮਾਨ ਜੀ ਜ਼ਿਆਦਾ ਚੱਕਰ ਲਾ ਰਹੇ ਸੀ, ਇੱਥੇ ਇਹ ਲੱਗਦਾ ਸੀ ਉਹ ਰੌਲਾ ਪਾ ਰਹੇ ਸੀ ਵੀ ਅਸੀਂ ਇੱਥੋਂ ਸੀਟ ਜਿੱਤ ਕੇ ਜਾਵਾਂਗੇ, ਪਰ ਅੱਜ ਦੀ ਤਰੀਕ 'ਚ ਭਗਵੰਤ ਮਾਨ ਜੀ ਦੀ ਪਾਰਟੀ 3 ਨੰਬਰ 'ਤੇ ਆਉਂਦੀ ਲੱਗਦੀ ਆ। ਸਾਡੀ ਲੜਾਈ ਅੱਜ ਕਾਂਗਰਸ ਅਤੇ ਬੀਜੇਪੀ ਦੀ ਆ, ਕਿਉਂਕਿ ਲੋਕਾਂ ਦੇ ਰੁਝਾਨ ਤੋਂ ਪਤਾ ਲੱਗਾ। ਅੱਜ ਵੀ ਅਸੀਂ ਡੋਰ ਟੂ ਡੋਰ ਜਾ ਕੇ ਆਏ ਹਾਂ, ਅਸੀਂ ਫਲੋਰ ਗਏ ਹਾਂ, ਦੁਕਾਨਾਂ 'ਤੇ ਵੀ ਗਏ ਹਾਂ, ਘਰਾਂ 'ਚ ਵੀ ਗਏ, ਉੱਥੋਂ ਸਾਨੂੰ ਜਿਹੜਾ ਫੀਡਬੈਕ ਮਿਲੀ ਆ ਵੀ ਬੀਜੇਪੀ ਜਿੱਤਣ ਦੇ ਆਲੇ ਪਾਸੇ ਜਾ ਰਹੀ ਹੈ। ਸੋ ਇਹ ਹਨ ਉਹ ਬੀਜੇਪੀ ਦੇ ਕਾਰਜਕਰਤਾ ਜਿਹੜੇ ਅਪਰਾ ਸਾਈਡ ਤੋਂ ਹੁਣ ਜਾ ਕੇ ਜਿਹੜੀ ਫਲੋਰ ਦੇ ਵਿੱਚ ਜਿਹੜੀ ਵਿਸ਼ਾਲ ਰੈਲੀ ਹੋਣ ਜਾ ਰਹੀ, ਉਹਦੇ ਵਿੱਚ ਇੱਕ ਸ਼ਮੂਲੀਅਤ ਕਰਨਗੇ ਬੱਸਾਂ ਦਾ ਕਾਫਲਾ ਨਾਲ, ਜਿਹੜੇ ਨੌਜਵਾਨ ਮੋਟਰਸਾਈਕਲ ਦੇ ਕਾਫਲੇ ਨਾਲ ਉਸ ਵਿਸ਼ਾਲ ਰੈਲੀ ਸ਼ਿਰਕਤ ਕਰਨਗੇ, ਅਤੇ ਆਉਣ ਵਾਲੀ 10 ਮਈ ਨੂੰ ਬੀਜੇਪੀ ਦੇ ਕਾਰਜਕਰਤਾ ਜਿਹੜੇ ਨਾ ਉਸ ਆਪਣੇ ਉਮੀਦਵਾਰ ਇੰਦਰ ਸਿੰਘ ਅਟਵਾਲ ਨੂੰ ਜਿਤਾਉਣ ਲਈ ਆਪਣਾ ਜਿਹੜਾ ਹੁਣ ਇਹਨਾਂ ਨੇ ਆਪਣੀ ਕਮਰ ਕੱਸ ਲਈ ਹੈ। ਕੈਮਰਾਮੈਨ ਸਲੀਮ ਵਤਨਾ, ਸੰਦੀਪ ਸ਼ਰਮਾ, ਡੈਨਿਕ ਸਵੇਰਾ ਟੀਵੀ, ਅਪਰਾ ਫਲੋਰ।